ਮੌਲਾ ਅਲੀ ਸ਼ਹਿਨਸ਼ਾਹ ਦੀ ਬਾਰਗਾਹ ਵਿੱਚ ਡਿਊਟੀ ਕਰ ਰਹੇ ਹਾਂ ਅਤੇ ਅਰਜ਼ਾਂ ਕਰ ਰਹੇ ਹਾਂ ਬਾਦਸ਼ਾਹ ਇਹਨਾਂ ਕੋ ਅਮੀਰ ਕਰ ਦਿਓ ਕਿ ਜਦੋਂ ਦਿਲ ਕਰੇ ਤੁਹਾਡੇ ਰੋਜ਼ੇ 'ਤੇ ਆ ਕੇ ਜ਼ਿਆਰਤ ਕਰਾਂ ਆਪਣੇ ਪੁੱਤਰਾਂ ਦਾ ਸਦਕਾ ਇਹਨਾਂ ਕੋ ਅਮੀਰ ਕਰ ਦਿਓ ਕਿ ਆ ਕੇ ਤੁਹਾਡੇ ਰੋਜ਼ੇ 'ਤੇ ਤੁਹਾਡੇ ਬੇਟਿਆਂ ਦੇ ਰੋਜ਼ੇ ਦੀ ਜ਼ਿਆਰਤ ਕਰ ਸਕਾਂ ਅਤੇ ਅੱਗੋਂ ਸਾਈਆਂ ਦੇ ਵਿਹੜੇ 'ਚੋਂ ਆਵਾਜ਼ ਕੀ ਆਈ ਹੈ ਮਾਸ਼ਾ ਜੀ ਮੌਲਾ ਦੇ ਵਿਹੜੇ 'ਚੋਂ ਆਵਾਜ਼ ਕੀ ਆਈ ਹੈ ਕਾਬਲ ਗੌਰਵੇ ਸਾਈ ਦੇ ਵਿਹੜੇ 'ਚੋਂ ਆਵਾਜ਼ ਆਈ ਹੈ ਤੂੰ ਜੁਗ ਸੋਹਣੇ ਦੇ ਬੂਵੇ ਤੇ ਤੂੰ ਜੁਗ ਸੋਹਣੇ ਦੇ ਬੂਵੇ ਤੇ ਤੂੰ ਜੁਗ ਸੋਹਣੇ ਦੇ ਬੂਵੇ ਤੇ ਸਦਕਾ ਤੂੰ ਮੰਗੀ ਹੱਸ ਲੈ ਨਿਦਾ ਸਦਕਾ ਔਰ ਤਾਰਾਂ ਦੇਖੀ ਦੀਆਂ ਵੇਖੀ ਤੂੰ ਮੰਗੀ ਹੱਸ ਲੈ ਨਿਦਾ ਸਦਕਾ ਔਰ ਤਾਰਾਂ ਦੇਖੀ ਹੱਸ ਲੈ
صدقہ بچیاں دا اے گھرانا روز ازل تو سچیاں دا ذرا نیوا ہو کے لنگ نبی دے بوئے تو منگ ملنگا منگ علی دے بوئے تو تو جھکے سونے دا بوئے حسنین دا صدقہ عطا دیا ویکھی Yeah.
ਇੱਕ ਹੋਰ ਗੱਲ ਤੇ ਵੀ ਦਿਲ ਖੁਸ਼ ਹੋਇਆ ਕਿ ਮੈਨੂੰ ਲੰਗਰ ਮੇਰੇ ਛੋਟੇ ਵੀਰ ਦੇ ਰਹੇ ਨੇ ਤੇ ਤੁਹਾਡੇ ਤੇ ਦਿਲ ਇਸ ਵਾਸਤੇ ਖੁਸ਼ ਹੈ ਤੁਸੀਂ ਇਹਨਾਂ ਨੂੰ ਤਰੀਕਾਕਾਰ ਸਹਾਰੇ ਹੋ ਕਿ ਫਕੀਰ ਦੀ ਮਹਿਫਲ ਕਿਵੇਂ ਸੁਣੀ ਦੀ ਹੈ ਇਹਵੇਂ ਫਕੀਰੀ ਨਿਜ਼ਾਮ ਤੇ ਅਗਰ ਜੇ ਹੁਣ ਤੋਂ ਹੀ ਇਹਨਾਂ ਨੂੰ ਤਰਬੀਅਤ ਨਹੀਂ ਦੇਣੀ ਤੇ ਫਿਰ ਕਦੋਂ ਦੇਣੀ ਇਹ ਨਿਜ਼ਾਮ ਚੱਲਦਾ ਹੀ ਰਹਿਣਾ ਇਹ ਚੱਲਦਾ ਹੀ ਰਹਿਣਾ ਇਹ ਫਕੀਰੀ ਨਿਜ਼ਾਮ ਹੈ ਖਲੋਤਾ ਨਹੀਂ ਰਹਿੰਦਾ ਸ਼ੇਰ ਕਾਬਲੇ ਗੌਰ ਹੋਵੇ ਬੈਠਾ ਕੇ ਕੋਈ ਮੱਛੀਆਂ ਨੂੰ ਤੂੰ ਪੈਦਾ ਆਪਣੀ ਨਸਲਾਂ ਵਿੱਚ ਆਪਣੀ ਨਸਲਾਂ ਵਿੱਚ ਵਫਾ ਦੀਆਂ ਵੇਖੀ ਤੂੰ ਪੈਦਾ ਆਪਣੀ ਨਸਲਾਂ ਵਿੱਚ ਤੂੰ ਪੈਦਾ ਆਪਣੀ ਨਸਲਾਂ ਵਿੱਚ ਵਫਾ ਵੇਖੀ अस्सलाम वालेकुम मी यासर इकबाल हीरा कवाल ये मेरा ऑफिशियल चैनल है इसे सब्सक्राइब करें बेल के निशान पे प्रेस करें लाइक करें शेयर करें एंड कमेंट करें थैंक यू ऑल फ्रेंड्स यासर इकबाल